ਇੰਨੀ ਠੰਡ ਦੇ ਵਿੱਚ ਬਿਨਾ ਖਾਣੇ ਤੋਂ ਬਿਨਾ ਕੱਪੜਿਆਂ ਤੋਂ ਉੱਥੇ ਰੱਖਿਆ ਗਿਆ ਸੀ ਤੇ ਅਸੀਂ ਸਾਨੂੰ ਲੱਗਦਾ ਹੈ ਕਿ ਅਗਰ ਅਸੀਂ ਲੰਗਰ ਲਾਵਾਂਗੇ ਤਾਂ ਕਿਤੇ ਨਾ ਕਿਤੇ ਇਹ ਸਾਡਾ ਲੰਗਰ ਉਹਨਾਂ ਤੱਕ ਪਹੁੰਚੇਗਾ ਆਪਣੇ ਬੱਚਿਆਂ ਨੂੰ ਜ਼ਿਆਦਾ ਤੇ ਜ਼ਿਆਦਾ ਆਪਣੇ ਸਿੱਖੀ ਧਰਮ ਬਾਰੇ ਦੱਸਿਆ ਜਾਵੇ ਕਿਉਂਕਿ ਅੱਜਕੱਲ ਦੇ ਬੱਚਿਆਂ ਨੂੰ ਫੋਨਾਂ ਬਾਰੇ ਤਾਂ ਪਤਾ ਹੈ ਬਟ ਆਪਣੇ ਇਸ ਧਰਮ ਬਾਰੇ ਕਿਸੇ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਹਨਾ ਕਿ ਕੀ ਹੋਇਆ ਸੀਗਾ ਕੀ ਨਹੀਂ ਮਾਤਾ ਪਿਤਾ ਦਾ ਪਹਿਲਾ ਫਰਜ ਇਹ ਮੰਨਦਾ ਹੈ ਕਿ ਉਹ ਗੁਰੂਆਂ ਦੀ ਧਰਤੀ ਤੇ ਜ਼ਰੂਰ ਲੈ ਕੇ ਜਾਣ ਜਿਨ੍ਹਾਂ ਨੇ ਆਪਣੇ ਲਈ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵਾਰਿਆ ਹਨ ਇਸ ਧਰਮ ਨੂੰ ਬਚਾਉਣ ਲਈ ਜਿੱਥੇ ਫਤਿਹਗੜ੍ਹ ਸਾਹਿਬ ਦੀ ਸਭਾ ਨੂੰ ਲੈ ਕੇ ਵੱਖ-ਵੱਖ ਜਗ੍ਹਾ ਤੇ ਲੰਗਰ ਲਗਾਏ ਜਾਂਦੇ ਨੇ ਹਰ ਇੱਕ ਪਿੰਡ ਨੇ ਫਤਿਹਗੜ੍ਹ ਸਾਹਿਬ ਦੇ ਉਸ ਸਥਾਨ ਉੱਪਰ ਵੀ ਲੰਗਰ ਲਗਾਏ ਨੇ ਤੇ ਸੜਕਾਂ ਦੇ ਉੱਪਰ ਵੀ ਤੁਸੀਂ ਲੰਗਰ ਦੇਖੇ ਹੋਣਗੇ ਇਸੇ ਤਰ੍ਹਾਂ ਸਰਹੰਦ ਤੋਂ ਪਟਿਆਲਾ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਹਰਦਾਸਪੁਰ ਪਿੰਡ ਨੇ ਜਿਹੜਾ ਲੰਗਰ ਲਗਾਇਆ ਹੋਇਆ ਵੱਖਰੇ ਪ੍ਰਬੰਧ ਕੀਤੇ ਹੋਏ ਨੇ ਆ ਪੋਹ ਦੇ ਦਿਨਾਂ ਦੀ ਜਿਹੜੀ ਠੰਡ ਆ ਉਹਨੂੰ ਧਿਆਨ ਚ ਰੱਖਦਿਆਂ ਪਰਾਲੀ ਦੀਆਂ ਗੱਠਾਂ ਬੰਨ੍ਹ ਕੇ ਜਿਹੜਾ ਲੰਗਰ ਛਕਾਉਣ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਸੰਗਤਾਂ ਨੂੰ ਕਿਸੇ ਗੱਲ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਬਹੁਤ ਵੱਡੇ ਉਪਰਾਲੇ ਕੀਤੇ ਗਏ ਨੇ ਸੰਗਤਾਂ ਲੋ ਵੀ ਜੋ ਵੀ ਆਉਂਦੀ ਜਾਂਦੀ ਹੈ ਸੰਗਤਾਂ ਇੱਥੇ ਆ ਕੇ ਪ੍ਰਸ਼ਾਦਾ ਛਕਦੀਆਂ ਨੇ ਸਾਦਾ ਭੋਜਨ ਇਹਨਾਂ ਨੇ ਤਿਆਰ ਕੀਤਾ ਹੋਇਆ ਦਾਲ ਸਬਜ਼ੀ ਦਾ ਲੰਗਰ ਲਗਾਇਆ ਇਸ ਪਿੰਡ ਹਰਦਾਸਪੁਰ ਦੀ ਸੰਗਤ ਨੇ ਜਿੰਨੇ ਦਿਨ ਸਭਾ ਚੱਲੀਆਂ ਉਹਨੇ ਹੀ ਦਿਨ ਇਹਨਾਂ ਸੰਗਤਾਂ ਵੱਲੋਂ ਉਪਰਾਲਾ ਕਰਕੇ ਚਾਹ ਦਾ ਤੇ ਪ੍ਰਸ਼ਾਦਿਆਂ ਦਾ ਜਿਹੜਾ ਲੰਗਰ ਲਗਾਇਆ ਗਿਆ ਸੰਗਤਾਂ ਇੱਥੇ ਬੈਠ ਕੇ ਜਿਹੜੇ ਨੌਜਵਾਨ ਨੇ ਖਾਸ ਕਰ ਜ਼ਿਆਦਾ ਗਿਣਤੀ 'ਚ ਨੌਜਵਾਨ ਨੇ ਜਿਹੜੇ ਇੱਥੇ ਸੇਵਾ ਕਰਦੇ ਨੇ ਸੁਪਾ ਤੋਂ ਲੈ ਕੇ ਸ਼ਾਮ ਤੱਕ ਰਾਤ ਵੇਲੇ ਵੀ ਇਹ ਜਿਹੜਾ ਲੰਗਰ ਤਿਆਰ ਕਰਕੇ ਇੱਥੇ ਸ਼ਿਕਾਇਆ ਜਾਂਦਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਂ ਜੈਸਮਿਨ ਕੌਰ ਪਿੰਡ ਹਰਦਾਸਪੁਰ ਤੋਂ ਤੇ ਅੱਜ ਅਸੀਂ ਅੱਜ ਮੈਂ ਦੱਸਣ ਜਾ ਰਹੀ ਹਾਂ ਕਿ ਸਾਡੇ ਪਿੰਡ ਜੋ ਕਿ ਹਰਦਾਸਪੁਰ ਹੈ ਤੇ ਸਰੰਦ ਰੋਡ ਤੇ ਹੈ ਇੱਥੇ ਹਰ ਸਾਲ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ ਦੇ ਵਿੱਚ ਲੰਗਰ ਲਾਇਆ ਜਾਂਦਾ ਹੈ ਤੇ ਇਹ ਕਈ ਸਾਲਾਂ ਤੋਂ ਚੱਲਦਾ ਹੈ ਇਹ ਅਸੀਂ ਇਸ ਲਈ ਲਾਇਆ ਹੈ ਕਿਉਂਕਿ ਛੋਟੇ ਸਹਿਬਜ਼ਾਦਿਆਂ ਨੂੰ ਇੰਨੀ ਠੰਡ ਦੇ ਵਿੱਚ ਬਿਨਾ ਖਾਣੇ ਤੋਂ ਬਿਨਾ ਕੱਪੜਿਆਂ ਤੋਂ ਉੱਥੇ ਰੱਖਿਆ ਗਿਆ ਸੀ ਤੇ ਅਸੀਂ ਸਾਨੂੰ ਲੱਗਦਾ ਹੈ ਕਿ ਅਗਰ ਅਸੀਂ ਲੰਗਰ ਲਾਵਾਂਗੇ ਤਾਂ ਕਿਤੇ ਨਾ ਕਿਤੇ ਇਹ ਸਾਡਾ ਲੰਗਰ ਉਹਨਾਂ ਤੱਕ ਪਹੁੰਚੇਗਾ ਤੇ ਮੈਂ ਕਹਿਣਾ ਚਾਹੁੰਦੀ ਆ ਕਿ ਵੱਧ ਤੋਂ ਵੱਧ ਲੰਗਰ ਅਤੇ ਮਿੱਠੀ ਚੀਜ਼ਾਂ ਦੇ ਲੰਗਰ ਲਾਣੇ ਚਾਹੀਦੇ ਆ ਤਾਂ ਕਿ ਜਿਹੜੇ ਰਾਹੀ ਨੇ ਜਿਹੜੇ ਜਾਂਦੇ ਨੇ ਦਰਸ਼ਨ ਕਰਨ ਤੇ ਉਹਨਾਂ ਲਈ ਚੰਗਾ ਰਹਿੰਦਾ ਹੈ ਇਹ ਲਾਣਾ ਲੰਗਰ ਇਹ ਕਿੰਨੇ ਦਿਨ ਲੰਗਰ ਚੱਲਣਾ ਤੁਹਾਡੀ ਇਹ ਸੇਵਾ ਜੀ ਜਦੋਂ ਤੱਕ ਰਾਹੀ ਜਾਂਦੇ ਰਹਿਣਗੇ ਸਰਹੰਦ ਸਵਾ ਤੇ ਤੇ ਉਦੋਂ ਤੱਕ ਸਾਡੇ ਲੰਗਰ ਚੱਲਦੇ ਰਹਿਣਗੇ ਪੋਹ ਦੇ ਦਿਨਾਂ ਚ ਲੋਕੀ ਸਰਹੰਦ ਜਾਂਦੇ ਨੇ ਹਨਾ ਉੱਥੋਂ ਦੇ ਇਤਿਹਾਸ ਤੋਂ ਜਾਣੂ ਹੁੰਦੇ ਨੇ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਆ ਵੀ ਆਪਦੇ ਬੱਚਿਆਂ ਨੂੰ ਸਰਹੰਦ ਲੈ ਕੇ ਜਾਣਾ ਚਾਹੀਦਾ ਹਾਂਜੀ ਇਹ ਤਾਂ ਮਤਲਬ ਆਪਣਾ ਸਭ ਤੋਂ ਪਹਿਲਾ ਫਰਜ਼ ਹੈ ਹਨਾ ਆਪਾਂ ਨੂੰ ਆਪਣੇ ਬੱਚਿਆਂ ਨੂੰ ਅੱਜ ਕੱਲ ਦੇ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਨੂੰ ਹੋਰ ਚੀਜ਼ਾਂ ਵੱਲ ਜੋੜ ਰਹੇ ਨੇ ਬਟ ਮੇਰਾ ਮੰਨਣਾ ਹੈ ਕਿ ਆਪਣੇ ਬੱਚਿਆਂ ਨੂੰ ਜ਼ਿਆਦਾ ਤੇ ਜ਼ਿਆਦਾ ਆਪਣੇ ਸਿੱਖੀ ਧਰਮ ਬਾਰੇ ਦੱਸਿਆ ਜਾਵੇ ਕਿਉਂਕਿ ਅੱਜ ਕੱਲ ਦੇ ਬੱਚੇ ਨੂੰ ਫੋਨਾਂ ਬਾਰੇ ਤਾਂ ਪਤਾ ਹੈ ਬਟ ਆਪਣੇ ਇਸ ਧਰਮ ਬਾਰੇ ਕਿਸੇ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਹਨਾ ਕਿ ਕੀ ਹੋਇਆ ਸੀਗਾ ਕੀ ਨਹੀਂ ਬਟ ਛੋਟੇ ਛੋਟੇ ਬੱਚੇ ਨੂੰ ਜੇ ਅੱਜ ਕੱਲ ਆਪਾਂ ਕਿਸੇ ਹੀਰੋ ਐਕਟਰ ਬਾਰੇ ਪੁੱਛ ਲਾਂਗੇ ਤਾਂ ਸਾਰਿਆਂ ਨੂੰ ਪਤਾ ਹੋਊਗਾ ਹਨਾ ਬਟ ਆਪਣੇ ਇਸ ਗੁਰੂਆਂ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਹੋਊਗਾ ਤਾਂ ਮੇਰਾ ਮੰਨਣਾ ਇਹ ਹੈ ਕਿ ਅੱਜਕਲ ਦੇ ਮਾਤਾ ਪਿਤਾ ਦਾ ਪਹਿਲਾ ਫਰਜ ਇਹ ਮੰਨਦਾ ਹੈ ਕਿ ਉਹ ਗੁਰੂਆਂ ਦੀ ਧਰਤੀ ਤੇ ਜ਼ਰੂਰ ਲੈ ਕੇ ਜਾਣ ਜਿਨ੍ਹਾਂ ਨੇ ਆਪਣੇ ਲਈ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵਾਰਿਆ ਹਨ ਇਸ ਧਰਮ ਨੂੰ ਬਚਾਉਣ ਲਈ ਤਾਂ ਮੇਰਾ ਮੰਨਣਾ ਤੇ ਇਹੀ ਹੈ ਕਿ ਆਪਣਾ ਸਭ ਤੋਂ ਪਹਿਲਾ ਫਰਜ ਇਹੀ ਹੈ ਕਿ ਆਪਾਂ ਨੂੰ ਉੱਥੇ ਜਾ ਕੇ ਜ਼ਰੂਰ ਇੱਕ ਵਾਰ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ ਹਨਾ ਹਾਂਜੀ ਉਹਨਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਇਹੀ ਸਭ ਤੋਂ ਪਹਿਲਾ ਫਰਜ ਹੈ ਆਪਣਾ ਹਾਂਜੀ